ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਹੀ ਰਹੇ ਹੋ ਕਿ ਭਾਈ ਆਹ ਐਡੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ। ਇਹ ਪੰਜਾਬ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਅਮਲੋਹ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਅੰਨੀ ਹੈ, ਜਿੱਥੇ ਕਿ ਨਲਕਾ ਜਿਹੜਾ 20 ਸਾਲ ਬਾਅਦ ਉਹ ਖੜ੍ਹੇ ਨੇ ਪਾਣੀ ਦੁਬਾਰੇ ਚੱਕਿਆ ਬਾਈ, ਅਤੇ ਜਿਹੜਾ ਉੱਥੇ ਵੀ ਪਾਣੀ ਪੀਂਦਾ ਹੈ ਉਹਨਾਂ ਦੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੁੰਦੇ ਨੇ। ਅਤੇ ਸਾਡੇ ਅੱਖੀਂ ਦੇਖਦੀ ਵੀ ਗੱਲ ਹੈ, ਅਸੀਂ ਵੀ ਗਏ ਹਾਂ, ਫਰਕ ਵੀ ਹੈ। ਅਤੇ ਜਿਹੜੇ ਹੋਰ ਜਿਨ੍ਹਾਂ ਨੇ ਲੋਕਾਂ ਨੇ ਦੂਰ ਦੂਰ ਤੋਂ ਆ ਕੇ ਪੀਤਾ ਹੈ ਉਹ ਸਾਰੇ ਕਹਿ ਰਹੇ ਨੇ ਵੀ ਅਸੀਂ ਠੀਕ ਹੈ। ਅਤੇ ਇੱਥੇ ਦੂਰ ਦੂਰ ਤੋਂ ਬਹੁਤ ਹੀ ਲੋਕ ਇਕੱਠੇ ਹੁੰਦੇ ਆ ਪਾਣੀ ਪੀਣ ਵਾਸਤੇ, ਸੰਗਤਾਂ ਆਈਆਂ ਨੇ। ਵੀ ਸਾਰਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਕੋਲ ਵੀ ਇਹ ਵੀਡੀਓ ਪਹੁੰਚ ਰਹੀ ਹੈ ਉਹ ਕਿਰਪਾ ਕਰਕੇ ਇੱਕ ਵਾਰੀ ਤੁਸੀਂ ਉਹ ਨਲਕੇ ਦਾ ਪਾਣੀ ਪੀਓ, ਜ਼ਰੂਰ ਆ ਕੇ ਪੀਓ। ਕਿਸੇ ਦਾ ਫਾਇਦਾ ਹੋਣਾ ਚਾਹੀਦਾ, ਆਪਾਂ ਇੰਨੇ ਪੈਸੇ ਵੀ ਲਾਉਂਦੇ ਹਾਂ, ਬਿਮਾਰੀ ਤਾਂ ਠੀਕ ਨਹੀਂ ਹੁੰਦੀ, ਸ਼ਾਇਦ ਕੀ ਪਤਾ ਉਸ ਪਾਣੀ ਨਾਲ ਬਿਮਾਰੀ ਦਾ ਜਿਹੜਾ ਉਹ ਜੜ੍ਹ ਤੋਂ ਚੱਕੀ ਜਾਵੇ। ਅਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਓ ਅਤੇ ਇੱਥੇ ਆ ਕੇ ਜਿਹੜਾ ਉਹ ਜਲ ਸਕੋ, ਸਤਨਾਮ ਵਾਹਿਗੁਰੂ ਕਹਿ ਕੇ ਸਕਣਾ। ਇਹ ਬਹੁਤ ਹੀ ਵਧੀਆ ਗੱਲ ਹੈ ਵੀ ਇੱਥੇ ਸੰਤ ਮਹਾਤਮਾ ਆਏ ਸੀ ਜਿਨ੍ਹਾਂ ਨੇ ਉਹਨਾਂ ਨੂੰ ਧਿਆ ਲੱਗੀ ਸੀ ਪਾਣੀ ਦੀ, ਅਤੇ ਉਹਨਾਂ ਨੇ ਕਿਹਾ ਕਿ ਮੈਂ ਪਾਣੀ ਪੀਣਾ। ਅਤੇ ਉੱਥੇ ਇੱਕ ਜਿਹੜਾ ਜੁੱਤੀਆਂ ਗੱਠਦਾ ਬੰਦਾ